ਪਤਾ ਨਹੀਂ ਜਮੀ, ਥੋੜ੍ਹਾ ਥੋੜ੍ਹਾ 5 ਮਿੰਟ ਲਾ ਦੀ ਲਾਈਟ ਵੱਗ ਗਈ ਬਾਈ, ਮੈਨੂੰ ਕੈਮਰੇ ਦੇਖਦਾ ਫਿਰਦਾ ਹੋਊਗਾ ਬਾਈ। ਓ ਬਾਈ ਓ ਲਾਈਟ ਤਾਂ ਲਾ ਲੱਗਦਾ ਵੱਗ ਗਈ ਤੇ ਪਾਣੀ ਦਾ ਥੋੜ੍ਹਾ ਥੋੜ੍ਹਾ ਪੈਂਦਾ, ਮੈਂ ਦੇਖ ਕੇ ਆਉਣਾ ਚਾਹ ਲਾਈਟ ਵੀ ਆ ਗਿਆ ਬਾਈ, ਕਿੰਨਾ ਕਰੇਗਾ ਕਹਿ ਰਿਹਾ ਆ ਗਿਆ ਆ ਗਿਆ, ਲੱਗ ਗਿਆ ਕਿ ਰਹਿ ਗਿਆ ਬਾਈ ਓਏ ਹੈਂ, ਲੱਗ ਗਿਆ ਕਿ ਰਹਿ ਗਿਆ ਕਿਆ ਰਾ, ਕਿੱਥੇ ਲੱਗ ਗਿਆ, ਹਜੇ ਰਹਿ ਗਿਆ ਅੱਧਾ ਕੁ। ਹੁਣ ਫਿਰ ਬਾਈ, ਹੁਣ ਫਿਰ ਕੀ ਤੜਕੇ ਕਿੰਨਾ ਚਿਰ ਕੱਟ ਮਾਰ ਗਿਆ? ਤੜਕੇ ਤਾਂ ਯਾਰ ਬਾਈ 2.5 ਘੰਟੇ 2:35 ਤੀਕਰ ਲੇਟ ਕੱਟ ਮਾਰਿਆ ਬਾਈ ਇਹਨੇ, ਘੰਟੇ ਤਾਂ ਹੁਣ ਮਾਰ ਗਏ ਹੋਰ ਯਾਰ ਹੈਂ, ਹੁਣ ਕੀ ਹੱਲ ਹੋਊਗਾ ਬਾਈ ਯਾਰ। ਲਾਈਟ ਜੀ ਵਾਲਿਆਂ ਨੇ ਬੜਾ ਮਾਰਿਆ, ਬੂਟਾਂ ਵੇਲੇ ਜਮਾਂ ਨਹੀਂ ਜਾਂਦੀ, 24 ਘੰਟੇ ਲਾਈਟ ਚੱਲੀ ਜਾਂਦੀ ਬੂਟਾਂ ਵੇਲੇ, ਤੇ ਹੁਣ ਦੇਖ ਲੈ ਤੂੰ ਹਨਾ, ਤੜਕੇ ਵੀ 2 ਘੰਟੇ ਕੱਟ ਮਾਰ ਗਏ, ਹੁਣ ਘੰਟਾ ਪਹਿਲਾਂ ਹੁਣ 2 ਵਜੇ ਜਾਣੀ ਸੀ, 1 ਵਜੇ ਹੁਣ ਪਹੁੰਚਾ ਦਿੱਤੀ। ਬੂਟਾਂ ਦੀ ਗੱਲ ਸੁਣ ਲੈ ਬਈ ਮੈਥੋਂ, ਮੈਂ ਸਾਡੇ ਨਾਲ ਚਲਿਆ ਗਿਆ ਬੂਟਾਂ ਦਾ ਕਹਿਣ, ਤੇ ਗਾਹਾਂ ਬਾਈ ਕਹਿੰਦਾ ਕਿ ਚਾਹ ਪੀ ਕੇ ਜਾਇਓ ਯਾਰ ਤੁਸੀਂ। ਅੱਛਾ, ਤੇ ਗਾਹਾਂ ਉਹਨੇ ਜਵਾਕ ਨੂੰ ਬੋਲ ਮਾਰਤਾ ਕਿ ਪੁੱਤ ਚਾਹ ਲਿਆ, ਤੇਰੇ ਚਾਚੇ ਹੋਰੀ ਆਏ ਆ, ਤੇ ਗਾਹਾਂ ਜਵਾਕ 2 ਬਾਟੀਆਂ ਚਾਹ ਲਈ ਆਵੇ। ਅੱਛਾ, ਮੇਰੀ ਨਿਗਾਹ ਪੈ ਗਈ ਤੇ ਚਾਹ ਦੇ ਵਿੱਚ ਬਾਟੀ ਚ ਲਾਲ ਡਿੱਗ ਪਈ, ਸਿੰਡਲ ਜਿਹਾ ਜਵਾਕ ਲਾਲ ਡਿੱਗ ਪਈ, ਤੇ ਭਰਾਵਾ ਉਹਨੇ ਆ ਕੇ ਤੇ ਉਹੀ ਬਾਟੀ ਮੈਨੂੰ ਫੜਾਤੀ ਬਾਈ, ਮੈਨੂੰ ਲਾਲ ਵਾਲੀ ਚਾਹ ਪੀਣੀ ਪੈ ਗਈ ਓਏ। ਕਾਲੇ ਓਏ ਤੈਨੂੰ ਬੋਲ ਮਾਰੀ ਜਾਂਦਾ, ਮੈਂ ਦੇਖ ਕਿਹੜਾ ਹੁਣ ਕਹਿ ਸਾਡਾ ਵੀ ਦੋ ਦਾ ਪਾਣੀ ਪਾਲੀ। ਓ ਕੀ ਆ ਓ, ਅਸੀਂ ਵੀ ਆ ਕੇ ਸਾਡਾ ਪਾਣੀ ਪਾਲੀ ਦੋ ਜਣਿਆਂ ਦਾ, ਚਲ ਆ ਜਾਓ ਬਣਾ ਲੈਣੇ, ਚਲ ਆ ਜਾਓ ਪਾ ਲੈਣੇ ਪਾਣੀ, ਆ ਜਾ ਕੋਈ ਗੱਲ ਨਹੀਂ। ਓਏ ਐ ਕਰ, 2 ਬਾਟੀਆਂ ਉਹਨਾਂ ਨੇ ਹੋਰ ਪਾਲਾ, ਇਹ ਆਉਂਦੇ ਹੈਗੇ ਕੌਣ ਓਏ, ਆਪਣੇ ਵਾਲੇ ਗਵਾਂਢੀ ਕੀ ਕਰਾਉਣਾ ਯਾਰ ਉਹਨਾਂ ਤੋਂ, ਗੱਪੀ ਵਾਲੇ ਸੀਗੇ ਉਹੀ ਕਹਿਤਾ ਦੋਨਾਂ ਨੂੰ। ਮੇਰੀ ਗੱਲ ਤਾਂ ਸੁਣ, ਉਹ ਢਿੱਡ ਹੌਲਾ ਕਰਨ ਆਉਂਦਾ ਤੇ ਆਪਾਂ ਕਿਹੜਾ ਘੱਟ ਆ ਯਾਰ, ਕੌਣ ਹੁੰਦਾ ਅੱਡੋ ਗੱਪ ਆਪਾਂ, ਮੇਰੇ ਕੋਲ ਵੀ ਹੈਗੇ ਵੱਡੇ ਵੱਡੇ ਉਹ ਵੱਡੇ ਵੱਡੇ ਠੋਕੀ ਤੂੰ ਜੱਡੇ ਜੱਡੇ ਹੈਗੇ ਲੇਡੇ ਕੱਢਦੀ ਉਹਦੇ ਬਾਜਾ, ਮੈਂ ਗਰਦ ਠਾ ਲਿਆ ਤੇ ਜੇ ਤਾਂ ਮੈਂ ਗੱਪ ਮਾਰਦਾ ਤੂੰ ਥੱਪਦੀ ਤੇ ਤੂੰ ਮਾਰਿਆ ਕਰੀਂ ਮੈਂ। ਬੱਤ ਜੀ ਵੀ ਜਮੀ ਖਾਧੀ ਪਈ ਉਹ ਮਰਵਾਤੇ ਸੀ ਓਏ, ਗੱਲ ਉੜ ਗਈ ਮੌਕੇ ਤੇ, ਨਹੀਂ ਤਾਂ ਬਾਈ ਨੇ ਤਾਂ ਕਹਿਣਾ ਸੀ ਭੁੱਖਾ ਹੀ ਡਿੱਗਦਾ ਫਿਰ। ਬਾਈ ਓਏ ਹਾਂ, ਦਵਾਈ ਕੌਣ ਲਿਆਇਆ ਸੀ ਐਤਕੀ, ਕਿਉਂ ਛੋਟਾ ਲਿਆਇਆ ਸੀ ਆਪਣੇ ਨਾਲ? ਉਹ ਛੋਟਾ ਕੀ ਲਿਆਇਆ ਸੀਗਾ ਯਾਰ, ਦਵਾਈ ਮਾੜੀ ਰਹੀ ਤੂੰ ਆਪ ਲਿਆਇਆ ਕਰਨਾ ਜਾ ਕੇ ਯਾਰ। ਮੈਂ ਹੋ ਗਿਆ ਢਿੱਲਾ ਐਤਕੀ, ਮੈਂ ਉਹਨੂੰ ਆਖਿਆ ਮੈਂ ਤੂੰ ਲਿਆ ਦਵਾਈ, ਬਾਈ ਜਮਾਂ ਹੀ ਕੱਖ ਨਹੀਂ ਕੀਤਾ, ਢੋਲਾਂ ਨੇ ਮੋਢੇ ਵੜਤੇ ਬਾਈ। ਉਹ ਯਾਰ ਕੀ ਕਰ ਗਏ, ਦਵਾਈ ਲੈਣ ਭੇਜਿਆ ਤਾਂ ਮੈਂ ਕਿਹਾ ਯਾਰ ਚੰਗੀ ਦਵਾਈ ਲੈ, ਚੰਗੀ ਕਿਹੜੀ ਯਾਰ, ਬੂਟ ਦਾ ਮੈਂ 5000 ਵਾਲੇ ਲੈਣੇ ਬ੍ਰਾਂਡ ਲੈਣਾ, ਤੇ ਦਵਾਈ ਚੱਕ ਲਿਆ ਦੇਸੀ, ਦਵਾਈ ਦਾ ਵੀ ਬ੍ਰਾਂਡ ਹੁੰਦਾ ਕੋਈ, ਉਹ ਵੀ ਚੰਗੀ ਛਿੜਕ ਲਈ, ਫਿਰ ਤਾਂ ਬਾਈ ਬਿਜਲੀ ਵਾਲੇ ਕੁੰਡੀ ਲਾ ਗਿਆ ਵਾਲੀ ਗੱਲ ਆ। ਹਾਂ ਕੀ ਕਰਕੇ ਫਿਰ ਇਹਨਾਂ ਦਾ ਯਾਰ, ਕੁੰਡੀ ਨੇ ਤਾਂ ਮਾਰ ਰੱਖਿਆ। ਸਹੀ ਗੱਲ ਹੈ ਬਾਈ, ਵੇਸਟ ਵੀ ਕੁੰਡੀ ਘਰ ਬਾਈ, ਤੂੰ ਆਪ ਲਿਆ ਕਰ ਦਵਾਈ ਜਾ ਕੇ, ਲਿਆ
ਪਾਈ ਹੋਏ ਹਾਂ, ਫਿਰ ਤਾਂ ਆਪਾਂ ਉਹਨਾਂ ਦੇ ਕੋਲ ਹੀ ਆ ਜਾਵਾਂਗੇ। ਹਾਂ ਤੇ ਗੋਲਾ ਵਾਲਾ ਵੱਡਾ ਬਣਿਆ ਪਿਆ। ਕਾਹਦਾ ਬਣ ਗਿਆ ਤੇਰੇ ਕੋਲ? ਮੈਂ ਯਾਰ ਗੱਪ ਨਾ ਮਾਰਦਾ ਯਾਰ ਇੱਕ ਦੋ ਗੱਪ ਤੇ ਨਾ ਟਾਇਰ ਲਾਉਣਾ ਨਾ ਪੈਰ ਲਾਉਣਾ। ਨਹੀਂ ਨਹੀਂ ਠੀਕ ਠੀਕ ਲਾਉਂ ਤੈਨੂੰ ਮੈਂ, ਜੋ ਤਾਂ ਦੱਸ ਦਿੰਦਾ ਇੱਕ। ਉਹ ਨਹੀਂ ਲਾਉਂਦਾ ਮੈਨੂੰ, ਮੇਰੀ ਗੱਲ ਸੁਣੋ, ਜੇ ਬਾਹਲੇ ਵੱਡੇ ਗੱਪ ਮਾਰੇ ਹਾਂ ਫਿਰ ਮੈਂ ਤੇਰਾ, ਤੂੰ ਮੇਰਾ ਐਂ ਖੁੱਟਾ ਖਿੱਚ ਦਿਆ ਕਰੀ। ਹਾਂ ਅੱਛਾ, ਫਿਰ ਜੇ ਹੋਰ ਉਹ ਫਿਰ ਐਂ ਖਿੱਚ ਦਿਆ ਕਰੀ, ਮੈਂ ਠੀਕ ਠੀਕ ਹੀ ਮਾਰੂ। ਚੱਲ ਦੇਖਦੇ ਹਾਂ ਤੇਰੇ ਟੱਕ। ਨਹੀਂ ਨਹੀਂ ਸਹੀ ਗੱਲ ਆ। ਚੱਲ ਮੇਲੇ ਤੇ ਜਾਵਾਂਗੇ, ਕਿਸਾਨ ਮੇਲੇ ਤੇ। ਕਿਹੜੇ? ਲੁਧਿਆਣੇ ਵਾਲੇ ਤੇ ਜਾਵਾਂਗੇ? ਕਿੱਧਰ? ਬਠਿੰਡੇ ਵਾਲੇ ਤੇ ਜਾਵਾਂਗੇ। ਲੁਧਿਆਣੇ ਤਾਂ ਆਪਾਂ ਦੂਰ ਪੈ ਜਾਣਾ। ਹਾਂ ਉਹੀ ਕੁਛ ਇੱਥੇ ਹੁੰਦਾ, ਉਹੀ ਉੱਥੇ ਹੁੰਦਾ, ਕੋਈ ਜਮਾਟ ਫਰਕ ਦਾ ਹੈ ਨਹੀਂ। ਕਣਕ ਦਾ ਬੀਜ ਲਿਆਵਾਂਗੇ ਇਸ ਤਰ੍ਹਾਂ। ਤੁਸੀਂ ਲਿਆਓਗੇ? ਕਿਹੜਾ ਲਿਆਓਗੇ? 30-80 ਵਧਗਾ ਨਿਕਲ, 30-80 ਲਿਆਵਾਂਗੇ। 30-80 ਲਿਆਵਾਂਗੇ ਸੀ ਜੀ। ਕਿੰਨੀ ਨਿਕਲੀ ਤੁਹਾਡੇ? 58 ਮਣ ਨਿਕਲੀ ਸੀ ਬਾਈ। 58 ਮਣ 58 ਹੋ ਗਈ ਸੀ। ਅੱਛਾ ਯਾਰ ਗੱਪ ਮਾਰਦੇ ਤੂੰ, ਵੱਡਾ ਰੋੜ ਦੇ ਤੂੰ ਵੱਡਾ ਭਾਈ। ਸਾਡੇ ਤਾਂ ਫਿਰ 65 ਮਣ ਨਿਕਲਿਆ ਯਾਰ। ਇਹਨਾਂ ਨੇ ਤੇ ਦੂ ਵੱਡਾ ਮਾਰਤਾ, ਕੁੱਤਾ ਹੋ ਜਿਹੜਾ ਪਹਿਲਾਂ ਝਾੜਦਾ ਸੂ ਇਹਨਾਂ ਨੂੰ। ਸਹੀ ਗੱਲ। ਮੈਂ ਸੁਣਾਉਣਾ ਵੀ ਗੱਲ ਤੁਹਾਨੂੰ ਫਿਰ ਕਹਿਣਾ। ਪਿਛਲੇ ਸਾਲ ਦੀ ਗੱਲ ਹੈ, ਟੀਂਡੇ ਜੇ ਪਾਉਂਦੇ ਹੁੰਦੇ ਕੋਠੇ ਤੇ, ਜਿਹੜੇ ਟੀਂਡੇ ਜੇ ਖਿੜ ਜਾਂਦੇ ਸੀ ਉਹ ਤਾਂ ਚੱਲ ਚੁੱਕਦੇ, ਜਿਹੜੇ ਮਗਰੋਂ ਨੀ ਰਹਿ ਜਾਂਦੇ ਕਾਲੇ ਜੇ ਟੀਂਡੇ ਕੋਕੜਾਈਆਂ, ਤੇ ਉਹ ਸੁੰਬਰੀ ਜਾਵਾਂ ਬੋਕਰ ਨਾਲ। ਐਡੀ ਕੁ ਬੋਕਰ ਮੇਰੇ ਕੋਲ ਦੋ ਗਿੱਠਾਂ ਦੀ। ਸੁਣ ਲੈ ਗੱਲ, ਗੱਲ ਸੁਣਨ ਵਾਲੀ ਹੈ ਇੱਧਰ। ਤੇ ਸੁੰਬਰੀ ਜਾਵਾਂ ਤੇ ਕੋਠੇ ਉਹਦੀ ਹੈਲੀਕਾਪਟਰ ਜਾਵੇ। ਅੱਛਾ। ਤੇ ਦੋਨੇ ਸ਼ੀਸ਼ੇ ਖੁੱਲੇ ਉਹਦੇ ਹੈਲੀਕਾਪਟਰ ਦੇ। ਹਾਂ ਤੇ ਮੈਂ ਤਾਂ ਚੌੜ ਚੌੜ ਚ ਤੇ ਡਰਾਈਵਰ ਦੇ ਬੋਕਰ ਮਾਰੀ, ਸ਼ੀਸ਼ੇ ਵੀ ਦੀ ਟੱਪਕ ਸਿੱਧੀ ਵੱਜੀ। ਅੱਛਾ। ਹਾਂ ਤੇ ਜਹਾਜ਼ ਭਾਈ ਡਿੱਗਿਆ ਆਪਣੇ ਪਿੰਡ ਗੁਰਦੁਆਰੇ ਵਾਲੀ ਜ਼ਮੀਨ ਚ। ਅੱਛਾ ਯਾਰ। ਹਾਂ ਤੇ ਪੁੱਛ ਲਈ ਭਲਾ ਸਾਡੇ ਨੂੰ। ਹਾਂ ਬਈ ਸਹੀ ਗੱਲ ਹੈ, ਕਿੰਨਾ ਦਾ ਇਕੱਠ ਹੋ ਗਿਆ ਸੀ ਪਿੰਡ ਦਾ ਉੱਥੇ। ਆਪਾਂ ਕਿੱਥੇ ਰਿਸ਼ਮਾ ਗੱਪ ਮਾਰਦੇ ਬਈ, ਮੈਨੂੰ ਰੋਟੀ ਖਾ ਲੈਂਦੇ ਚੱਕਾਂ ਵੀ ਫੁੱਟੇ। ਰੋਟੀ ਖਾ ਲੈਂਦੇ ਫਿਰ ਕੱਢੂਗੇ ਡੇ ਇਹਨਾਂ ਦੇ। ਅੱਜ ਨਾ ਭਰਾਵਾ ਇੱਥੇ ਜਦੋਂ ਅਸੀਂ ਆ ਤੁਸੀਂ ਬੋਲ ਮਾਰਿਆ ਚਾਹ ਬਣਾਉਣ ਲੱਗੇ ਤੇ ਬੜਾ ਵੱਡਾ ਚਾਨਣ ਗਿਰਾ, ਐਡਾ 10 ਕਿਲੋ ਦਾ। ਗੋਹ ਹੋਣੀ ਹੈ ਹੈਂ, ਬੜੀ ਵੱਡੀ ਯਾਰ। ਤੇ ਮਸਾ ਮਾਰੀ ਸੀ ਯਾਰ, ਮਸਾ ਮਾਰੀ ਹੁਣ ਮਾਰਦੇ ਉਹਦਾ ਕੀ ਮਾਰਨ ਲੱਗੇ ਸੀ ਗੋਹ ਦਾ? ਉਹ ਸਾਨੂੰ ਐ ਲੱਗਿਆ ਵੀ ਕਿਤੇ ਚਾਨਣ ਗਿਰਾ, ਐਡਾ ਨਹੀਂ ਹੁੰਦਾ ਚਾਨਣ ਗਿਰਾ, ਚਾਨਣ ਗਿਰਾ ਤਾਂ ਛੋਟਾ ਹੀ ਹੁੰਦਾ। ਬਾਈ ਤੁਹਾਡੀ ਗੋਹ ਤੋਂ ਗੱਲ ਯਾਦ ਆ ਗਈ ਯਾਰ। ਅੱਛਾ। ਕਈ ਦਿਨਾਂ ਦਾ ਇੱਥੇ ਸੱਪ ਸਾਨੂੰ ਤੰਗ ਕਰਦਾ ਸੀਗਾ। ਅੱਛਾ। ਘੱਟੋ ਘੱਟ 200 ਫੁੱਟ ਲੰਬਾ, ਐਡਾ ਸੱਪ ਤਾਂ ਨਹੀਂ ਹੁੰਦਾ ਯਾਰ। ਗੱਪ ਹੈ ਨਾ ਬਾਈ ਯਾਰ, ਗੱਪ ਹੈ ਤਾਂ ਯਾਰ। 200 ਫੁੱਟ ਨਹੀਂ ਯਾਰ ਬਾਈ ਯਾਰ। ਅੱਛਾ। ਮੇਰੇ ਖਿਆਲ ਚ 100 ਫੁੱਟ ਲੰਬਾ ਸੀਗਾ ਬਾਈ ਯਾਰ। ਸੌ ਫੁੱਟ ਤਕਰੀਬਨ, ਨਹੀਂ ਨਹੀਂ ਭੁੱਲ ਗਿਆ ਸੀਗਾ, 50 ਫੁੱਟ ਲੰਬਾ ਸੀ। ਨਹੀਂ 50 ਵੀ ਨਹੀਂ ਸੀਗਾ ਯਾਰ। ਅੱਛਾ। ਮੇਰੇ ਖਿਆਲ ਚ 20 ਫੁੱਟ ਲੰਬਾ ਸੀ। ਭਾਈ ਕੁੜਤਾ ਜੇ ਸਾਰਾ ਪਾੜ ਜੇ।
ਪਰ 20 ਫੁੱਟ ਤੋਂ ਸੱਪ ਨਹੀਂ ਕੱਟਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਹੁਣੇ ਸਾਡੀ ਵੀਡੀਓ ਦੇਖੀ ਆ, ਵੀਡੀਓ 'ਤੇ ਸਮਾਂ ਘੱਟ ਸੀਗਾ। ਚਲੋ ਇੱਕ ਵਾਰ ਮੈਸੇਜ ਤਾਂ ਇਹ ਵੀਡੀਓ ਦੇ ਵਿੱਚ ਸ਼ਾਇਦ ਅਸੀਂ ਨਹੀਂ ਦੇ ਪਾਏ, ਕੋਸ਼ਿਸ਼ ਤਾਂ ਕੀਤੀ ਆ, ਪਰ ਫਿਰ ਵੀ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਨਾ। ਤਾਂ ਅਗਲੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਤਾਂ ਰੇਸ਼ਮ ਦਾ ਗੱਪ ਤਾਂ ਮੈਨੂੰ ਲੱਗਦਾ ਸਹੀ ਸੀਗਾ, ਅਗਲੀ ਵੀਡੀਓ ਬਈ ਬਹੁਤ ਵਧੀਆ ਲੈ ਕੇ ਆ ਰਹੇ ਹਾਂ ਜਲਦੀ। ਤੇ ਮਿਹਰਬਾਨੀ ਬਾਈ, ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਨਾਲ ਸ਼ੇਅਰ ਵੀ ਕਰਿਓ, ਦੱਬ ਕੇ ਸ਼ੇਅਰ ਕਰ ਦਿਓ, ਹਾਂ ਲਾਈਕ ਵੀ ਕਰ ਦਿਓ, ਮਿਹਰਬਾਨੀ ਜੀ, ਧੰਨਵਾਦ। ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੜਦਾ, ਬਠਿੰਡੇ ਵਾਲੇ ਚੜੇ ਅਸਮਾਨੀ ਬੱਲੀਏ, ਹਉ ਖੂਨ ਚ ਚਲਾਕੀਆਂ ਦੇ ਕਣ ਛਿੱਟਣਾ, ਪੂਰੀ ਵਫਾਦਾਰੀ ਦੇ ਹਵੀਜੇ ਵੀਜ ਨੇ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ।